بسم الله الرحمن الرحيم. صلوات صلى على محمد. ألف لام ذلك الكتاب لا ريب فيه هدى للمتقين. صلوات ثم صلاة وسلام على حسن الذي قتل بسم الجفا وحسين الذي قتل بلا جرم ولا خطا. اے او مسافر سیدا کہتا تینو وسد جٹھوس جی بابا میں بسم اللہ کراں ڈاویں دنی ظلم دمی کربلا دا غریب سونے عباس غازی کو تیر لگے ہون روندا بیٹھے حسین ٹھڈا سا بر کے آدھا بیٹھے ابا خیمے جلد جڑا غریب آ کے خیمے جلد عباس رن ٹھڈا سا بر کے غازی آدھے میری لاش نچا میں اکبر نہیں تے عباس نے رو الوایا راضیا دے میں ڈہداریاں جویں ٹیک کے تلیاں تیں اوکھا اکبر علمان 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 غازی آدھے میری لاش نہ جا لاش نہ جا میں اکبر نہیں تے عباس نے رو الوایا غازی آدھے میں ڈہداریاں جویں ٹیک کے تلیاں تساں اوکھا اکبر ہائے غازی آدھے ٹیڑے گل وچ اکبر ساتھ نبھایا غازی آدھے میری ہے مجبوری میرے ہاتھ کوئی نہیں تو تھکایا دہرا میرے ہاتھوں میں نا میں تیرے گلی چباوا پاوا والا میں نے خیمے گنجل نیا تو تھکایا ہے رو پائیو جے تو سا رون دے ہو تا میں دو سترہ ہور پڑی ونیا جنا عباس آکے میری لاش نہ چاہ تو تھکاؤں قیامت دویلا غریب کربلا عباس جھن پین جرا رونا کڈا نہیں غازی دے پاسے وے کے حسین ٹھڈا صابر ہے ٹھڈا صابر کے غریب آدھے چلو اکبر وانگو نا چاہدا تکو قاسم وانگو چاہو پر ہے ارمان دی گال غازی کیویں کٹے ہوئے ہاتھ دکھلا ہائے ہائے او مرنا تو پہلے مر ویسی جری جنگلا جائی بیٹھی ہے جری رو رو کے آدھی بیٹھی ہے میڈا اللہ میڈا عباس نہیں لتا میڈا برکا لہ گئے
ਰੋ ਰੋ ਕੇ ਵਧਿਆ ਦੀਏ ਮੈਂ ਕੋਈ ਨਾ ਦਾਮ ਨਾ ਮੇਰੇ ਮਾਣ ਮੁੱਕ ਗਾ ਮਿਹਰਬਾਨੀ ਬਾਈ ਮਿਹਰਬਾਨੀ ਬੜੀ ਬੜੀ ਮਿਹਰਬਾਨੀ ਯਕੀਨਨ ਹਰ ਮੂਮੈਂਟ ਰੋ ਪਏ ਜਿਹੜੇ ਰੋ ਪਏ ਉਹ ਸ਼ਾਲਾ ਬਹਿਣਾ ਦੇ ਮਾਣ ਨਾ ਮੁੱਕਣ ਮੈਂ ਸਦਕੇ ਥੀ ਵਾਂ ਮੇਰੀ ਮਜਾ ਲੈ ਚਲੋ ਅਕਬਰ ਵਾਂਗੂ ਨਾ ਚਾਹੁੰਦਾ ਤੇ ਕੋ ਕਾਸਿਮ ਵਾਂਗੂ ਚਾਹੋ ਪਰ ਹੈ ਅਰਮਾਨ ਦੀ ਗਾਲ ਗਾਜ਼ੀ ਕਿਵੇਂ ਕੱਟੇ ਹੋਏ ਹੱਥ ਜੇਰੀ ਆਦੀ ਬੇਟੀ ਹੈ ਰੱਲੇ ਆਇਆ ਸੇ ਮੈਂ ਉਜੜ ਗਈ ਆ ਜਿਹੜੀ ਰੋ ਰੋ ਕੇ ਆਦੀ ਬੇਟੀ ਵੇ ਅੱਬਾ ਕੋਈ ਸ਼ਾਮ ਸੋਹਣੀ ਦੀ ਮੈਂ ਅਜ਼ਲ ਦੀ ਪਰਦਾਦਾਰਾਂ ਤੇਰੇ ਬਾਦ ਮੈਂ ਕਿਨ ਵੰਜਣਾ ਵਾਹ 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 ਮੈਂ ਦੁਆ ਕਰੇਂਦਾ ਪਿਆ ਮੈਂ ਦੁਆ ਕਰੇਂਦਾ ਪਿਆ ਜਿਹੜੇ ਅੱਬਾਸ ਕੋ ਰੁਨੇ ਹੋ ਸ਼ਾਲਾ ਆਪਣੇ ਦੁੱਖਾਂ ਚ ਨਾ ਰੋਵੋ ਆਖੋ ਆਮੀਨ ਜਿਹੜੇ ਗਾਜ਼ੀ ਸਰਕਾਰ ਕੋ ਰੁਨੇ ਹੋ ਸ਼ਾਲਾ ਆਪਣੇ ਕਹਿ ਦੁੱਖਾਂ ਚ ਨਾ ਰੋਵੋ ਆਓਲੇ ਮੁਹੰਮਦ ਸਦਕਾ ਸਾਰੇ ਮੋਮਨੀਨ ਦੀ ਖੈਰ ਹੋਵੇ ਆਮੀਨ ਆਖੋ ਜ਼ਿਕਰ ਵਾਲਿਆਂ ਦਾ ਸਦਕਾ ਅੱਲਾ ਸੋਹਣਾ ਸਾਰਾ ਕੋ ਜ਼ਵਾਰ ਬਣਾਵੇ ਸ਼ਾਲਾ ਧੀਆਂ ਦੇ ਪਰਦੇ ਹੋਵਣੀ ਧੀਆਂ ਦੇ ਮੁਕੱਦਰ ਚੰਗੇ ਹੋਵਣੀ ਆਲੇ ਮੁਹੰਮਦ ਦਾ ਸਦਕਾ ਅੱਲਾ ਤੁਸਾਂ ਸਾਰਾ ਕੋ ਨਮਾਜ਼ੀ ਬਣਾਵੇ ਆਲੇ ਮੁਹੰਮਦ ਦਾ ਸਦਕਾ ਜਿਤਨੀਆਂ ਨੇਕ ਆਰਜ਼ੂਆਂ ਨੇਕ ਤਮੰਨਾ ਗਿਣ ਕੇ ਆਇਓ ਸ਼ਾਲਾ ਪੂਰੀਆਂ ਹੋਵੇ ਆਲੇ ਮੁਹੰਮਦ ਦੇ ਦਰਬਾਰ ਜਿਹੜਾ ਜਿਹੜਾ ਜਿਵੇਂ ਜਿਵੇਂ ਮੰਗੇ ਸਹੀ ਉਵੇਂ ਅਤਾ ਕਰਨ ਮੇਰੇ ਕੋ ਰੋਜ਼ੇ ਦੀ ਕਸਮ ਹੈ ਤੁਹਾਡੇ ਸਾਡੇ ਮੰਗਾਂ ਨਹੀਂ ਫਰਕ ਹੈ ਸਹੀਆਂ ਦੀ ਅਤਾਜ ਕੋਈ ਸ਼ੱਕ ਹੈ ਉਹ ਤਾਂ ਏਡੇ ਵੱਡੇ ਕਰੀਮ ਹਨ ਦੁਸ਼ਮਣ ਜੋ ਟੂਰਾ ਮਨ ਖਾਲੀ ਨਹੀਂ ਵਲੈਂਦੇ ਦੁਸ਼ਮਣ ਤੁਸਾਂ ਤਾਂ ਸਜਣ ਹੋ ਸਜਣ ਹੋ ਨਾ ਅੱਛਾ ਜਿਹੜੇ ਸਜਣ ਹੋ ਸਲਵਾਤ ਪੜੋ ਅੱਛਾ ਸਲਵਾਤ ਦਾ ਪੜਨਾ ਕੋਈ ਆਦਤ ਨਹੀਂ ਬਲਕਿ ਇਬਾਦਤ ਹੈ ਇੱਕ ਸਲਵਾਤ ਬਾਬਾ ਦੇ ਬੁਲੰਦ ਪੜੋ ਵਸਦੇ ਰਹੋ ਨਾਰੇ ਤਕਬੀਰ ਨਾਰੇ ਤਕਬੀਰ ਅੱਲਾਹੁ ਅਕਬਰ ਨਾਰੇ ਰਿਸਾਲਤ ਯਾ ਰਸੂਲ ਅੱਲਾ ਨਾਰੇ ਰਿਸਾਲਤ ਯਾ ਰਸੂਲ ਅੱਲਾ ਬੋਲੋ ਨਾਰਾ ਹੈਦਰੀ ਵਸਦੇ ਰਹੋ ਹੈਦਰੀ ਬੋਲੇ ਸੀ ਹੈਦਰੀ ਸ਼ੁਕਰੀਆ ਜਨਾਬ ਹੁਸੈਨੀਅਤ ਬੋਲੋ ਤਾਂ ਸਹੀ ਹੁਸੈਨੀਅਤ ਜ਼ਿੰਦਾਬਾਦ ਯਜ਼ੀਦੀਅਤ ਮੁਰਦਾਬਾਦ ਆਲੇ ਮੁਹੰਮਦ ਦੇ ਯੱਕੇ ਕਾਤਲਾਂ ਤੇ ਲਾਨਤ ਬੇਸ਼ੁਮਾਰ ਆਲੇ ਮੁਹੰਮਦ ਦੇ ਯੱਕੇ ਦੁਸ਼ਮਣਾਂ ਤੇ ਲਾਨਤ ਬੇਸ਼ੁਮਾਰ ਜਿਹੜਾ ਨਕਰੇ ਉਹਦੇ ਤੇ ਵੀ ਲਾਨਤ ਬੇਸ਼ੁਮਾਰ ਸਲਵਾਤ ਐਸੀ ਪਿਆਰੀ ਪੜ੍ਹੋ ਜੋ ਮੇਰੇ ਪੜ੍ਹਨ ਤੇ ਦਿਲ ਆਖ ਲੈ ਹੁਕਮ ਦੀ ਤਾਮੀਲ ਹੋ ਗਈ ਸਰ ਵਾਦਾ ਵਫਾਈ ਹੋ ਗਈ ਸਰ ਜੀ ਮੋਮਨ ਦਾ ਚਿਹਰਾ ਦੇਖਣਾ ਸਵਾਬ ਵੀ ਉਹ ਵੀ ਇਬਾਦਤ ਹੋ ਗਈ ਬਾਈ ਦਾ ਹੁਕਮ ਦੀ ਤਾਮੀਲ ਵਾਜੇ ਬਈ ਆਓ ਬੜੇ ਅਰਸੇ ਬਾਅਦ ਜਨਾਬ ਦੇ ਚਿਹਰਿਆਂ ਦੀਆਂ ਜ਼ਿਆਰਤਾਂ ਹੋਈਆਂ ਦਿਲ ਚਾਹੁੰਦਾ ਏ ਏਡੇ ਸੋਹਣੇ ਕਸੀਦੇ ਪੜ੍ਹਾਂ ਏਡੇ ਪਿਆਰੇ ਤੇ ਨਿਰਾਲੇ ਕਸੀਦੇ ਪੜ੍ਹਾਂ ਤੂੰ ਯਾ ਅਲੀ ਕਰਕੇ ਦੇਵੇਂ ਦਾਦ ਯਾ ਅਲੀ ਦੀ ਸਦਾ ਥੀਵੇ ਬੁਲੰਦ ਵਤ ਬੇ ਔਲਾਦ ਹੋਵੇ ਤਾਂ ਪੁੱਤਰ ਮੰਗੇ ਮਿਲਸੀ ਬਿਮਾਰ ਕੋਈ ਹੋਵੇ ਤਾਂ ਉਹਦੀ ਸ਼ਿਫਾ ਯਾ ਵੀ ਵਸੇ ਦੁਆ ਮਕਸੇ ਸਿਹਤ ਹੋ ਸੀ ਇੱਥਾਂ ਤਾਂ ਬੇਰਿਜ਼ਕਾਂ ਕੋ ਰਿਜ਼ਕ ਮਿਲਦਾ ਇੱਥਾਂ ਜਿਹੜਾ ਜਿਹੜਾ ਜਿਵੇਂ ਜਿਵੇਂ ਮੰਗੇ ਇਹ ਕਰੀਮ ਇਨ ਤੁਹਾਡੇ ਸਾਡੇ ਮੰਗਾਂ ਨੇ ਫਰਕ ਹੈ ਸਹੀਆਂ ਦੀ ਅਤਾਜ ਕੋਈ ਸ਼ੱਕ ਨਹੀਂ ਬੇਸ਼ੱਕ ਸਰ ਜੀ ਏਡਾ ਕੋਈ ਚੰਗਾ ਮਜਮਾ ਹੈ ਏਡਾ ਕੋਈ ਪਿਆਰਾ ਮਜਮਾ ਹੈ ਮੈਂ ਸਦਕੇ ਥੀ ਵਾਂ ਕੁਰਬਾਨ ਥੀ ਵਾਂ ਮੇਰਾ ਅੱਜ ਪੜ੍ਹਨ ਥਿਆ ਖੜਾ ਦਿਲ ਸਭ ਤੋਂ ਪਹਿਲਾਂ ਮੈਂ ਕਸੀਦਾ ਪੜ੍ਹਨਾ ਚਾਹੁੰਦਾ ਬੇ ਔਲਾਦਾਂ ਵਾਸਤੇ ਕਹਿੰਦੇ ਵਾਸਤੇ ਬੋਲੋ ਯਾਨੀ ਕਿ ਜਿਨ੍ਹਾਂ ਦਾ ਪੁੱਤਰ ਕੋਈ ਨਹੀਂ ਉਹ ਮੰਗਸਨ ਪੁੱਤਰ ਮੈਂ ਪਰਸਾਂ ਜਿੰਨਾ ਕਸੀਦਾ ਹੈ ਕਸੀਦਾ ਜੋ ਪਰਸਾਂ ਤੁਸਾਂ ਦੇ ਸੋ ਦਾਦ
बीबी रबाब थी सी खुश, बीबी खुश हो के तय मंगने पुत्र, बीबी आमीन आखसी तो पुत्र मंगे ते मिले की में नहीं। बेओलाद वास्ते कसीदा पहला पहला पढ़ना चाहना, कसीदा पढ़न तो पहले तुसा में को दसो तुहाडे ज़हन दे विच आईली असगर दा जितना मकाम बुलंद है उतनी बुलंद सलवात पढ़ गिन सो। असगर ईसा तो नहीं के गोद में बोले, हाँ असगर सर कसीदा शुरू खुले दो सर जी, शुक्रिया साईं। असगर ईसा तो नहीं भाई, असगर ईसा तो नहीं के गोद में बोले, अरे मैदान में बोलेगा आखिर यह भी अली है। तुसा नारा मार के मैनु टेक लिये लो भी मैं कि भाई जिंदाबाद में साउंड वाली सरकार, साउंड वाली सरकार। बेओलाद वास्ते कसीदा, पोत्र मंगने पोत्र जल्दी न करने पोत्र मंगाने च देखें जड़ा मजमे दी दाद दी छल होवे ना वत मांग गिने जीबे ते पोत्र तू बेशक डेट लिख खड़ा वे दाद वदी ते पोत्र मंगा ते तको मिल सी। ए आले मोहम्मद दा दरबार है, इतू कोई खाली नहीं वेंदा। एक दफा हाथ खोलो चा झोली फैला के बाबुल हवाए दी अजमत सलवात पढ़ो कसीदा शुरू। ओ लाजोबदारा 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 दी हर हाल पलेंदा है पुत्र रबाब जहन वे पुत्र वडेंदा 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 जिंदाबाद भाई जिंदगी हो भाई बसदार है नारे आला या रसूल अल्लाह या रसूल अल्लाह। हाँ भाई बिस्मिल्लाह जिंदाबाद बिस्मिल्लाह करा जी। पुत्र रबाब दा हुण वी पुत्र वंडेंदा है, मेरे देखे मंग त सही ए वी त बाबुल हवा है जे हे त छोटा हे त अली ना। बोल यार मैं सत्तर पेश करेंदा पिया आओ सर चाओ नौ रजबुल मुरजब नू नौ रजबुल मुरजब नू नौ रजबुल मुरजब नू शहजादे दी होई है आमद आओ सर चाओ देखे मेरे पासे होया क्या है भावे दिसदा है जय को मोहारत जैंदा
ਖਾਣਾ ਪਤਰੇ ਠੀਕ ਹੈ ਯਾ ਅਲੀ ਯਾ ਅਲੀ ਜ਼ਿੰਦਾਬਾਦ ਜ਼ਿੰਦਾਬਾਦ ਪੂਰਾ ਪਿੰਡ ਆਲ ਜ਼ਿੰਦਾਬਾਦ ਯਾ ਅਲੀ ਯਾ ਅਲੀ ਜ਼ਿੰਦਗੀ ਹੋਵੇ ਜੀ ਹਮੇਸ਼ਾ ਖੈਰ ਹੋਵੇ ਜੀ ਜੱਡਾਂ ਫੇਰਾ ਜੰਮ ਪੋਵੇਂ ਨਾ ਜੱਡਾਂ ਫੇਰਾ ਬੋਲੋ ਯਾਰ ਜਦੋਂ ਫੇਰਾ ਜੰਮ ਪੋਵੇਂ ਨਾ ਬੋਲ ਭੈਣਾ ਦੀ ਖੁਸ਼ੀ ਦੀ ਇੰਤਹਾ ਤੁਸੀਂ ਬੋਲਦੇ ਨਹੀਂ ਬਈ ਯਾਰ ਖੁਦਾ ਦੀ ਕਸਮ ਜਾ ਕਹਿਦਾ ਪਿਆ ਭੈਣਾਂ ਦੀ ਖੁਸ਼ੀ ਦੀ ਇੰਤਹਾ ਕੀ ਖਿਆਲ ਹੈ ਜੀ ਅੱਛਾ ਗੱਲ ਸੁਣੋ ਜੀ ਪਹਿਲੇ ਹੋਵੇ ਵੱਡਾ ਫੇਰਾ ਅਤੇ ਕਰੀਮੀ ਹੋ ਵਣੇ ਕੀ ਖਿਆਲ ਅਤੇ ਵੱਤ ਨਿਹਮਤ ਮਿਲ ਪਵੇ ਠੀਕ ਹੈ ਨਾ ਅੱਜ ਬਿਰਾਵ ਕੋ ਬਿਰਾਵ ਕੋ ਚੈਂਦੇ ਚੈਂਦੇ ਥੱਕਦੇ ਨੇ ਮੈਂ ਦੱਸਣਾ ਚਾਹਨਾ ਨੌ ਰਜਬ ਉਲ ਮੁਰਜਬ ਨੂੰ ਅਹਿਲੀਆ ਸਗਰ ਦੀ ਆਮਦ ਹੋਈ ਅਹਿਲੀਆ ਸਗਰ ਨੂੰ ਕਿਹੜੇ ਫੇਰਾ ਚਾਹੇ ਕਹਿ ਕਹਿ ਚਾਹੇ ਪਿਆਰ ਕਿਤਨਾ ਨੇ ਆਖਰ ਸ਼ੇਰ ਸੁਣਵਾਦਾ ਪਿਆ ਤੇ ਪੁੱਤਰੀ ਮੰਗਣਾ ਤੇ ਦਾਦ ਨੇ ਉਹਨੇ ਸੁਣਾ ਬਾਈ ਜੀਂਦੇ ਨਾਜ਼ ਸਜਾਜ ਜ਼ਿੰਦਗੀ ਹੋਵੇ ਜੀ ਬਸ ਤੌਫੀਕ ਯਾਰ ਕਿਆ ਬਾਤ ਹੈ ਕਿਆ ਬਾਤ ਹੈ ਵਸਦੇ ਰਹੋ ਬਾਈ ਬਾਈ ਜ਼ਿੰਦਾਬਾਦ ਬਾਈ ਤੁਸਾਂ ਨਾਰਾ ਮਾਰੇ ਤੁਸਾਂ ਸਤਰਾਂ ਪੜ੍ਹੀਆਂ ਮਜਮਾ ਬਈ ਬਹਾ ਹੈ ਮਜਮਾ ਹੈ ਵੀ ਚੰਗਾ ਜਿਵੇਂ ਬਾਹਰ ਗਾਹ ਸੋਹਣਾ ਹੈ ਨਾ ਹਾਂ ਬਾਈ ਹਾਂ ਬਾਈ ਹਾਂ ਬਾਈ ਹਾਂ ਬਾਈ ਹਾਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਨਸ਼ਾ ਅੱਲਾ ਇਨਸ਼ਾ ਅੱਲਾ ਇਨਸ਼ਾ ਅੱਲਾ ਇਨਸ਼ਾ ਅੱਲਾ ਹਾਂ ਬਾਈ ਸ਼ਾਬਾਸ਼ ਅਲੀ ਮੌਲਾ ਅਲੀ ਮੌਲਾ ਇੱਕ ਗੱਲ ਸੁਣੋ ਇੱਕ ਗੱਲ ਸੁਣੋ ਬਾਈ ਇੱਕ ਮੋਮਿਨ ਮੋਮਿਨ ਅਜ਼ਾਦਾਰ ਆਲੇ ਮੁਹੰਮਦ ਦੇ ਮੰਨਣ ਵਾਲਾ ਸੋਚਣ ਵਾਲਾ ਨਹੀਂ ਓ ਭਾਈ ਸੋਚਣ ਵਾਲਾ ਨਹੀਂ ਸੋਚਣ ਵਾਲਾ ਨਹੀਂ ਇਹਨੂੰ ਦੱਸੇ ਕਿਸੇ ਨੇ ਸੋਚ ਚ ਪਈਆ ਬੰਦਾ ਗਿਆ ਸੋਚ ਚ ਪਈਆ ਬੰਦਾ ਤੋ ਆਲੇ ਮੁਹੰਮਦ ਦਾ ਇੱਕ ਮੰਨਣ ਵਾਲਾ ਮੋਮਿਨ ਹਾਂ ਅੱਲਾ ਸੋਹਣੇ ਦੀ ਪੜ੍ਹੀ ਉਸ ਨਮਾਜ਼ ਫੋਨ ਬੰਦ ਕਰ ਬਾਈ ਅੱਲਾ ਸੋਹਣੇ ਦੀ ਪੜ੍ਹੀ ਉਸ ਨਮਾਜ਼ ਇੱਕ ਦਫ਼ਾ ਮੇਰੇ ਪਾਸ ਵੇਖੋ ਆਲੇ ਮੁਹੰਮਦ ਦੇ ਮੰਨਣ ਵਾਲੇ ਨੇ ਅੱਲਾ ਸੋਹਣੇ ਦੀ ਪੜ੍ਹੀ ਨਮਾਜ਼ ਨਮਾਜ਼ ਪੜ੍ਹ ਕੇ ਉਸ ਮੰਗੀਆਂ ਤਰੇ ਦੁਆਵਾਂ ਪਹਿਲੀ ਦੁਆ ਉਸ ਆਖੇ ਅੱਲਾ ਮੈਨੂੰ ਸ਼ਾਮ ਦਾ ਜ਼ਵਾਰ ਬਣਾ ਅੱਛਾ ਬੋਲੋ ਕੀ ਆਖਿਆ ਸੀ ਜਿਹੜਾ ਗੱਲ ਕਰੇ ਸੀ ਇਨਸ਼ਾਅੱਲਾ ਤਾਲਾ ਉਹ ਵੀ ਸ਼ਾਮ ਦਾ ਜ਼ਵਾਰ ਬਣ ਸੀ ਉਸ ਮੋਮਿਨ ਕਿਹੜੀ ਦੁਆ ਮੰਗੀ ਸ਼ਾਮ ਦਾ ਜ਼ਵਾਰ ਦੁਆਵਾਂ ਤਰੇ ਮੰਗੀਆਂ ਸੀ ਦੂਸਰੀ ਦੁਆ ਅੱਲਾ ਮੈਨੂੰ ਪੁੱਤਰ ਦੇਵੇਂ ਤਾਂ ਅਜ਼ਾਦਾਰ ਹੋਵੇ ਜਿਹਨਾਂ ਦੇ ਹੱਥ ਖੜੇ ਇਨਸ਼ਾਅੱਲਾ ਫਾਲਜ ਨਾ ਪਵੇ ਯਾਰ ਮੈਂ ਦੁਆ ਕਰ ਸਕਦਾ ਸਰ ਜੀ ਹਾਂ ਬਾਈ ਹਾਂਜੀ ਹਾਂ ਚਲ ਠੀਕ ਹੈ ਪਹਿਲੀ ਦੁਆ ਸ਼ਾਮ ਦਾ ਜ਼ਵਾਰ ਬਣਾ ਅੱਛਾ ਬਾਈ ਹੈਦਰੀ ਹੈਦਰੀ ਪਹਿਲੀ ਦੁਆ ਸ਼ਾਮ ਦਾ ਜ਼ਵਾਰ ਬਣਾ ਦੂਸਰੀ ਦੁਆ ਅੱਲਾ ਪੁੱਤਰ ਦੇਵੇਂ ਤਾਂ ਅਜ਼ਾਦਾਰ ਹੋਵੇ ਹਾਂ ਤੀਸਰੀ ਦੁਆ ਓਏ ਹੋਏ ਹੋਏ ਤੀਸਰੀ ਦੁਆ ਮੂਮਿਨ ਮੰਗਣ ਤੋਂ ਪਹਿਲੇ ਰੋ ਪੀਏ ਅੱਲਾਹ ਦੇ ਘਰ ਰੋ ਪੀਏ ਇਹ ਇੰਜ ਆਸੂ ਸਾਫ਼ ਕਰਕੇ ਨਾ ਸੁਣੀ ਤੇ ਮੂਮਿਨ ਨੇ ਮੰਗੀ ਇਹ ਦੁਆ
ਤੈਨੂੰ ਕਸਮ ਬਤੂਲ ਦੇ ਪੁੱਤਰਾਂ ਦੀ, ਕਸਮ ਤੈਨੂੰ ਬਤੂਲ ਦੇ ਪੁੱਤਰਾਂ ਦੀ, ਜੋ ਮੋਮਿਨ ਦੀ ਦੁਆ ਤੈਨੂੰ ਚੰਗੇ ਲੱਗੇ ਨਾ ਇੰਜ ਦਾਤ ਦੇਵੇਂ ਜੇ ਤੇਰੀਆਂ ਦੁਆਵਾਂ ਸਾਰੀਆਂ ਕਬੂਲ ਥੀ ਸਕ। ਤੀਸਰੀ ਦੁਆ ਆਖਰੀ, ਅੱਲਾ ਮੈਂ ਹਾਂ ਹੁਸੈਨ ਦੇ ਮੰਨਣ ਵਾਲਾ ਪਰ ਹਾਂ ਮੈਂ ਗਰੀਬ, ਅੰਦਰੋਂ ਅਮੀਰ ਹਾਂ ਹਾਲਾਤ ਦਾ ਗਰੀਬ। ਹਾਏ 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 ਹਾਏ, ਅੱਛਾ ਉਸ ਕੇ ਆਖੇ ਅੰਦਰੋਂ ਅਮੀਰ ਹਾਂ ਅਤੇ ਬਾਹਰੋਂ ਹਾਲਾਤ ਦਾ ਗਰੀਬ ਹਾਂ, ਮੇਰਾ ਅੱਲਾ ਦੁਆ ਮੈਂ ਮੰਗਦਾ ਪੀਆਂ ਅਤੇ ਕਬੂਲ ਫਰਮਾਵੇਂ। ਮੈਂ ਇੱਕ ਦਫ਼ਾ ਫਿਰ ਆਖ ਰਿਹਾ, ਇੱਥੇ ਦਾਦ ਹੋਏ ਤਾਂ ਮੇਰਾ ਦਿਲ ਮੁਤਮਿਨ ਥੀ ਵੈਸੀ ਵੀ ਦੁਆ ਮੂਮਿਨ ਦੀ ਕਬੂਲ ਹੋ ਗਈ। ਮੂਮਿਨ ਆ ਕੇ ਅੱਲਾ ਦੁਆ ਇਹ ਮੰਗਣਾ ਚਾਹੁੰਦਾ, ਜ਼ਿਕਰ ਹੁਸੈਨ ਕਰਾਵਣ ਦੀ ਯਾ ਅੱਲਾ ਤੌਫੀਕ ਦੇ, ਅੱਲਾ ਤੌਫੀਕ ਦੇ ਜ਼ਿਕਰ ਹੁਸੈਨ ਕਰਾਵਣ ਦੀ, ਯਾ 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 ਅੱਲਾ ਤੌਫੀਕ ਦੇ ਜ਼ਿਕਰ ਹੁਸੈਨ। ਭਾਈ ਨਦੀਮ ਮੂਮਿਨ ਦੀ ਅਗਲੀ ਗੱਲ ਸੁਣੀ, ਤੇਰੇ ਪੁੱਤਰ ਦੀ ਜ਼ਿੰਦਗੀ ਹੋਵੇ ਸੈਨ ਕਰਾਵਣ ਦੇ, ਯਾ ਅੱਲਾ ਤੌਫੀਕ ਦੇ ਸੈਨ ਨੂੰ ਘਰ ਬੁਲਵਾਵਣ ਦੇ, ਯਾ ਅੱਲਾ ਤੌਫੀਕ ਦੇ ਸੈਨ। ਮਿਹਰਬਾਨੀ ਭਾਈ, ਜ਼ਿੰਦਗੀ ਹੋਵੇ ਜੀ। ਬਿਸਮਿਲਾ ਕਰਾਂ ਜੀ, ਲਓ ਜੀ, ਓ ਹੋ ਹੋ, ਜ਼ਿਕਰ ਹੁਸੈਨ ਕਰਾਵਣ ਦੀ, ਹਾਂ ਬਾਈ ਤੌਫੀਕ ਦੇ। ਬਿਸਮਿਲਾ ਕਰਾਂ ਜੀ, ਸੈਨ ਨੂੰ ਘਰ ਬੁਲਵਾਵਣ ਦੀ, ਯਾ ਅੱਲਾ ਤੌਫੀਕ ਦੇ। ਮਿਰਜ਼ਾ ਸਾਹਿਬ ਤੁਹਾਨੂੰ ਪਤਾ ਤੁਹਾਡੇ ਹੁਕਮ ਨੂੰ ਨਾਂ ਨਹੀਂ ਆਉਂਦੀ, ਤੁਹਾਡੇ ਹੁਕਮ ਦੀ ਤਾਮੀਲ ਕਰਕੇ ਨਹੀਂ ਦਬਾ ਜੱਗ ਹਾਜ਼ਰ ਖਿਦਮਤ ਹੈ। ਮੂਮਿਨ ਜਦੋਂ ਦੁਆ ਮੰਗੀਏ ਨਾ, ਨਾਲ ਬੇਟਾ ਹੋਆ ਹੋਰ ਮੂਮਿਨ ਉਸ ਮੋਂਡਾ ਹਲਾ ਕੇ ਆਖਿਆ ਕਿ ਮੀਆਂ ਮੋਮਿਨ ਆ ਅੱਲਾ ਵੀ ਸ਼ਹਿਰ ਆ ਤੂੰ ਜ਼ਿਆਦਾ ਕਰੀਬ, ਜਿਹੜੀ ਦੁਆ ਮੰਗੀ ਆਈ ਨਾ ਇਹ ਹੋ ਜਾਣੀ ਵੀ ਕਬੂਲ। ਅੱਛਾ ਚਲੋ ਅੱਲਾ ਤੈਨੂੰ ਦੇ ਦੇਵੇ ਤੌਫੀਕ, ਤੂੰ ਜੋ ਕਰਾਵੇਂ ਮਜਲਿਸ, ਮੈਂ ਤੇਰਾ ਮੋਮਿਨ ਭਰਾ ਹਾਂ, ਮੈਨੂੰ ਤਾਂ ਦੱਸ ਮਜਲਿਸ ਸ਼ੁਰੂ ਕਿਵੇਂ ਕਰਵੇ ਸੀ, ਤੇਰੀ ਮਜਲਿਸ ਦਾ ਆਗਾਜ਼ ਕਿਸੋ ਸੀ, ਤੇਰੀ ਮਜਲਿਸ ਦੀ ਤਰਤੀਬ ਕੈਸੀ ਹੋ। ਮਿਰਜ਼ਾ ਸਾਹਿਬ ਮੈਂ ਸੱਤਰ ਪੇਸ਼ ਕਰਨਾ ਪਿਆ, ਜਦੋਂ ਮੋਮਿਨ ਆ ਕੇ ਮਜਲਿਸ ਸ਼ੁਰੂ ਕਰੇ ਕਿਵੇਂ ਕਰੇ ਸੇ, ਮੋਮਿਨ ਦੀ ਆਵਾਜ਼ ਆਉਂਦੀ ਆ ਆ ਮੈਂ ਤੈਨੂੰ ਦੱਸਾਵਾਂ। ਮਜਲਿਸ ਦਾ ਆਗਾਜ਼ ਕਰੇ ਸਾ ਪਾਕ ਹਦੀਸ ਕੇ ਸਾਥ, ਉਸ ਤੋਂ ਬਾਅਦ ਦੁਆਵਾਂ ਲੈ ਸਾ ਮੈਂ ਹਸਨੈਨ ਦੀ ਮਾਂ। ਮੈਨੂੰ ਹੱਥ ਵਿਖਾਓ ਚਾ, ਮੈਨੂੰ ਹੱਥ ਵਿਖਾਓ ਚਾ, ਹੱਥ ਬੁਲੰਦ ਕਰਕੇ ਲਬੈਕ ਯਾ ਹੁਸੈਨ, ਲਬੈਕ ਜ਼ਿੰਦਗੀ ਹੋਵੇ, ਜ਼ਿੰਦਗੀ ਹੋਵੇ, ਜ਼ਿੰਦਗੀ। ਹਾਂ ਸਾਰੇ ਬੋਲੋ ਹੱਥ ਉੱਚਾ ਕਰਕੇ ਨਾਰਾ ਹੈਦਰੀ। ਪਰ ਮੈਂ ਆ ਮੈਂ ਤੈਨੂੰ ਦੱਸਾਂ ਕਰੇ ਸਾ ਪਾਕ ਹਦੀਸ ਕੇ ਸਾਥ, ਉਸ ਤੋਂ ਬਾਅਦ ਦੁਆਵਾਂ ਲੈ ਸਾ ਮੈਂ ਹਸਨੈਨ ਦੀ ਮਾਤ। ਮਜਲਿਸ ਦਾ ਆਗਾਜ਼ ਕਰੇ ਸਾ ਪਾਕ ਹਦੀਸ ਕੇ ਸਾਥ, ਉਸ ਤੋਂ ਬਾਅਦ ਦੁਆਵਾਂ ਲੈ ਸਾ ਮੈਂ ਹਸਨੈਨ ਦੀ ਮਾਤ। ਹਾਂ ਘਰ ਘਰ ਅਲਮ ਲਵਾਵਣ ਦੇ ਯਾ ਅੱਲਾ ਤੌਫੀਕ ਦੇ, ਘਰ ਘਰ ਮਿਰਜ਼ਾ ਸਾਹਿਬ ਮਿਹਰਬਾਨੀ ਕਰੀ ਥਾ ਸਰ ਆ ਜਾਓ, ਆ ਜਾਓ, ਆ ਜਾਓ ਮੇਰੇ ਵੀਰ ਪਿਆਰੇ ਆ ਗਏ, ਮੈਂ ਬਿਸਮਿਲ ਕਰਾਂ। ਚਲੋ ਠੀਕ ਹੈ ਜੀ, ਅਜ਼ਾਦਾਰ ਵੀ ਹੈ, ਬਾਣੀ ਵੀ ਹੈ ਅਤੇ ਮੇਰਾ ਵੀਰ ਵੀ ਹੈ। ਸਰ ਜੀ ਇੱਥੇ ਬਾਓ, ਅਗਲੀ ਗੱਲ ਵੱਡੀ ਆ ਗਈ। ਉਸ ਮੂਮਿਨ ਜਦ ਗੱਲ ਕੀਤੀ ਹੈ ਨਾ, ਅਤੇ ਅਗਲੇ ਮੂਮਿਨ ਆ ਕੇ ਠੀਕ ਹੈ ਮੀਆਂ ਤੂੰ ਜੋ ਮਜਲਿਸ ਕਰਾਵੇਂ, ਮਜਲਿਸ ਤਾਂ ਹੋ ਗਈ ਐਂਡੀ ਹੋ ਗਿਆ, ਅਗਲਾ ਕੰਮ ਕਿਹੜਾ ਕਰੇ ਸੀ, ਉਹ ਆ ਕੇ ਮੇਰੀ ਇੱਕ ਹਸਰਤ ਹੋਰ ਵੀ ਹੈ।
ਤੈਨੂੰ ਕਸਮ ਬਤੂਲ ਦੇ ਪੁੱਤਰਾਂ ਦੀ ਮੂਮਿਨ ਦੀ ਗੱਲ ਸੁਣ ਕੇ ਨਾ ਇੱਥੇ ਤੇਰੇ ਹੱਥ ਹੋਵੇ ਤਾਂ ਹਜ਼ਰਤ ਅਬਾਸ ਦੇ ਅਲਮ ਦੀ ਸ਼ਬੀ ਬਣਾ ਕੇ ਹੱਥ ਬੁਲੰਦ ਹੋਵੇ। ਊ ਆ ਕੇ ਤੇ ਮਜਲਿਸ ਹੋ ਗਈ, ਵੱਧ ਕੇ ਕਰੇ ਸਿਆ ਦੇ ਹੋਰ ਹਸਰਤ ਕਿਹੜੀ, ਫਰਮਾਇਆ ਮੇਰੀ ਦਿਲ ਇਹੋ ਚਾਹੁੰਦਾ ਏ ਮਜਲਿਸ ਜੋ ਮੈਂ ਮਸਜਿਦ ਜਾਵਾਂ ਖੁਸ਼ ਹੋਵੇ ਸਹਾਰਾ ਹੈ, ਨਮਾਜ਼ ਵੀ ਹੋਵਾ ਫਾਇਦਾ ਦੇ ਸੇ ਜਿਸਮ ਚ ਪਾਕ ਬਿਲਾ ਜਿੰਦਾਬਾਦ ਸੁਣਾ ਬਾਈ ਅੱਲਾ ਤੌਫੀਕ ਅੱਲਾ ਨਮਾਜ਼ੀ ਬਣਾਵੀ, ਤੁਸੀਂ ਤਾਂ ਆਮੀਨ ਹੀ ਨਹੀਂ ਵਿਆਹ ਦੇ, ਅੱਲਾ ਨਮਾਜ਼ੀ ਬਣਾਵੀ, ਪੁੱਤਰ ਨਮਾਜ਼ੀ ਆਉਣ, ਇਹ ਧੀਆਂ ਨਮਾਜ਼ੀ ਆਉਣ। ਕਿਹੜਾ ਮਜ਼ਾ ਸੀ ਜਿਹੜਾ ਸਵੇਰ ਸਵੇਰ ਨਾਲ ਤੇਰੇ ਘਰੋਂ ਅੱਲਾ ਸੋਨੇ ਦੇ ਪਾਕ ਕੁਰਾਨ ਦੀ ਆਵਾਜ਼ ਬੁਲੰਦ ਹੋਵੇ, ਕਬੂਲ ਹੋਵੇ, ਕਬੂਲ ਹੋਵੇ। ਸਰ ਜੀ ਕਿਆ ਬਾਤ ਹੈ, ਤੁਸੀਂ ਆ ਗਏ ਹੋ ਪਰ ਇੱਕ ਸੱਤਾ ਤੁਹਾਡੀ ਖਾਤਰ, ਠੀਕ ਹੈ ਜੀ। ਮੈਂ ਬਿਸਮਿਲ੍ਲਾ ਕਰਾਂ, ਸੁਣਾ ਬਾਈ ਮਜਲਿਸ ਜੋ ਮੈਂ ਮਸਜਿਦ ਜਾਵਾਂ ਕੁਝ ਹੋਵੇ ਸਹਾਰਾ, ਨਮਾਜ਼ ਵੀ ਹੋਵਾ ਫਾਇਦਾ ਦੇ ਸੇ ਜਿਸ ਵਿੱਚ ਪਾਕ ਵਿਲਾ ਹੈ, ਸਜਦੇ ਦੇ ਵਿੱਚ ਜਾਵਣ ਦੇ ਯਾ ਅੱਲਾ ਤੌਫੀਕ ਦੇ, ਸਜਦੇ ਨਾਰੇ ਵਾਲੇ ਦੀ ਖੈਰ ਹੋਵੇ, ਤੁਸਾਂ ਸਾਰੇ ਮੋਮਨੀਨ ਦੀ ਖੈਰ ਹੋਵੇ। ਆਪਣੇ ਵਾਸਤੇ ਆਮੀਨ ਹੀ ਨਹੀਂ ਆਦੇ ਮੋਮਨ ਕੋਈ ਥੱਕੇ ਵਧੇ, ਓਏ ਅੱਲਾ ਦਾ ਬੰਦਾ ਤੇਰੀ ਖੈਰ ਹੋਵੇ, ਆਮੀਨ ਆਖੀ ਵੇ। ਚਲੋ ਠੀਕ ਹੈ, ਬਾਨੀਆਨ ਦੀ ਖੈਰ ਹੋਵੇ, ਬਾਨੀਆਨ ਦੇ ਘਰ ਦੀ ਖੈਰ ਹੋਵੇ। ਹਾਂ ਅੱਛਾ, ਬਾਨੀਆਨ ਦੀ ਖੈਰ ਹੋ ਤਾਂ ਸ਼ਾਲਾ ਪਾਕਿਸਤਾਨ ਦੀ ਖੈਰ, ਆਮੀਨ ਜੀ। ਨਾ ਜਿਹਨਾਂ ਪਾਕਿਸਤਾਨ ਦੀ ਆਖੀ ਹੁਣੀ ਆਮੀਨ ਖੈਚ ਆ, ਜੇ ਪਾਕਿਸਤਾਨ ਦੀ ਖੈਰ ਹੋਵੇ ਤਾਂ ਈਰਾਨ ਦੀ ਖੈਰ ਹੋਵੇ। ਤੁਸਾਂ ਤਾਂ ਆਮੀਨ ਵਧਾ ਦਿੱਤੀ ਏ, ਇਹਦਾ ਮਤਲਬ ਹੈ ਤੁਸੀਂ ਸਾਰੇ ਈਰਾਨ ਦੇ ਮੁਖਲਿਸ ਹੋ, ਇਮਾਮ ਰਜ਼ਾ ਦੀ ਵਜ੍ਹਾ ਤੂੰ ਈਰਾਨ ਦੇ ਮੁਖਲਿਸ ਹੋਣਾ। ਲਓ ਜੇ ਤੂੰ ਈਰਾਨ ਦੇ ਹਵਾਲੇ ਨਾਲ ਮੁਖਲਿਸ ਹੈ ਤਾਂ ਮੇਰਾ ਦਿਲ ਚਾਹੁੰਦਾ ਹੈ ਮੈਂ ਅਮਰੀਕਾ 'ਤੇ ਲਾਨਤ ਕਰਾਂ, ਜੇ ਮੈਂ ਅਮਰੀਕਾ 'ਤੇ ਲਾਨਤ ਕਰਾਂ ਤਾਂ ਕੋਸ਼ਿਸ਼ ਕਰੇ ਮੇਰੇ ਨਾਲ ਬਰ ਬਰ ਕਰੇ, ਔਰ ਮੈਂ ਅਮਰੀਕਾ 'ਤੇ ਲਾਨਤ ਕਰੀ ਪਾਉਣੇ ਸੁਣਾ ਬਾਈ ਬਰੇ ਅਮਰੀਕਾ, ਬਰੇ ਅਮਰੀਕਾ ਲਾਨਤ ਪਵੇ ਸ਼ਾਲਾ, ਹਸਨ ਅਲੀ ਦਾ ਮਾਲਕ ਹੈ ਸਰ ਮੂੰਹ ਕਰ ਦੇ ਸਿਆ ਕਾਲਾ, ਹੈਦਰੀ ਸੁਣਾ ਬਾਈ ਬਰੇ ਅਮਰੀਕਾ, ਬਰੇ ਅਮਰੀਕਾ ਲਾਨਤ ਪਵੇ ਸ਼ਾਲਾ, ਹਸਨ ਅਲੀ ਦਾ ਮਾਲਕ ਹੈ ਸਰ ਮੂੰਹ ਕਰ ਦੇ ਸਿਆ ਕਾਲਾ, ਹਸਨ ਨੂੰ ਜੰਗ ਜਿੱਤਵਾਵਣ ਦੇ ਯਾ ਅੱਲਾ ਤੌਫੀਕ ਦੇ, ਬੜੀ ਮਿਹਰਬਾਨੀ। ਮੈਂ ਕੁਨ ਜੇਰੀ ਕਸਮ ਚਵਾਓ ਸਰ ਜੀ, ਮੈਂ ਨਾਹੀਦ ਅਬਾਸ ਜੱਟ ਚਾਵਣ ਕੋ ਕਾਰ ਹਾਂ। ਮਜ਼ਲੂਮ ਦੀ ਮਜਲਿਸ ਵਿੱਚ ਦੁਆ ਮੰਗੋ ਤਾਂ ਕਬੂਲ ਹੁੰਦੀ ਹੈ। ਚਲੋ ਨਾ ਬੋਲੋ ਜਿਹਨਾਂ ਨੂੰ ਸ਼ੱਕ ਹੈ, ਸ਼ੱਕ ਨਹੀਂ ਨਾ, ਗਰੀਬ ਹੁਸੈਨ ਦੀ ਮਜਲਿਸ ਵਿੱਚ ਦੁਆ ਮੰਗੀਜੇ, ਪੰਜ ਮੂਮਿਨ ਆਮੀਨ ਆਖਣ ਤਾਂ ਦੁਆ ਕਬੂਲ ਹੋ ਜਾਂਦੀ। ਇਹ ਤਾਂ ਕਈ ਪੰਜ ਬੈਠੇ, ਮੈਂ ਜ਼ਾਕਿਰ ਨਾਹੀਦ ਅਬਾਸ ਜੱਟ, ਮੈਂ ਆਪਣੇ ਸੈੱਟ ਦੇ ਇਹਨਾਂ ਦੀ ਔਲਾਦ ਵਾਸਤੇ, ਆਪਣੀ ਔਲਾਦ ਵਾਸਤੇ ਮਜ਼ਲੂਮ ਦੀ ਮਜਲਿਸ ਦੁਆ ਕਬੂਲ ਕੀ ਸੀ। ਸਰ ਜੀ ਹੁਣ ਰਿਕਾਰਡਿੰਗ ਕਰੇ, ਬਿਲਕੁਲ ਕਰੇ, ਕਰੀ 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 ਕਰੀ, ਮੈਂ ਦੁਆ ਮੰਗਣੀ। ਆਓ ਭਾਈ ਮੋਮਨੀ ਦੀ ਔਲਾਦ ਵਾਸਤੇ ਜੱਗ ਹੁਸੈਨ ਦੀ ਮਜਲਿਸ ਦੀ ਦੁਆ ਮੰਗਦਾ ਭਾਈ, ਸੁਣੋ ਭਾਈ ਦੁਆ। ਕਰਤਾ ਹੂੰ ਮੈਂ ਦੁਆ ਯਹੀ ਰੱਬੇ ਜਹਾਨ ਸੇ, 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 ਕਰਤਾ ਹੂੰ ਮੈਂ ਦੁਆ ਯਹੀ ਰੱਬੇ ਜਹਾਨ।
ना जाए मेरे खानदान से, इश्क अली ना जाए मेरे खानदान। हाथ खड़े करो अली वाले, बोलो हैदरी। ना जाए मेरे खानदान से, इश्क अली ना जाए मेरे खानदान से, इश्क अली ना जाए मेरे खानदान। आखो आमीन, इश्क अली ना जाए, एक दफा आखो आमीन। ओ भाई लाला, भाई मेरे चार भाई, मैं गल बधावा जे 414 ले ए दाद बधावन तो मैं गल बधावा। अले न जाए मेरे खानदान से, आते ही मुर्तजा को नबी ने जुबान दे, आते ही मुर्तजा को नबी ने जुबान दे, आते ही मुर्तजा को नबी ने जुबान दे, आते ही मुर्तजा को नबी ने जुबान दे। हमने अली लिया है नबी की जुबान से, हमने अली लिया है नबी। शाबाश शाबाश शाबाश, जिंदाबाद जिंदाबाद। मैनू दसो, मैं इंदे तू वड्डी गल करा, ऐसो वड्डी गल करा, इंज कर सो, इंज कर सो, पक्की गल जे लाओ। अले लिया है नबी की जुबान से, हमने अली कहा तो तुम्हें क्यों बुरा लगा, 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 हमने अली कहा तो तुम्हें क्यों बुरा लगा। यह बात जाके पूछना तुम अम्मा जान, आले मोहम्मद। यह बात जाके पूछो ना तुम अम्मा जान से, ये बात जाके पूछो ना तुम अम्मा जान से, ये बात जाके पूछो ना तुम अम्मा जान से, ये बात जाके पूछो ना तुम। मिर्जा साहब, मैं जाकरी ना छट देवा, अली वाला दा मजमा होवे, मैं मौला अली दी आखरी गल करा ते मोमनी दे हाथ खड़े ना होवन, ओ शिया नहीं कोई बिया जरूर है। लाओ साचो, मैं आखिरी शेर हवाले करें ना पिया सुना भाई। दीवार से गुजर के जो काबे में आ गया, दीवार से गुजर के जो काबे में आ गया, दीवार से गुजर के जो काबे में आ गया, दीवार से गुजर के जो काबे में आ गया, दीवार से गुजर के जो काबे में आ गया, दीवार से गुजर के जो काबे किस तरह से उसको निकालो अजान से। हाय हाय हाय, अच्छा चौकी देर तक बिस्मिल्लाह करा जिंदगी होए जी। सजे बार से खबे पासे, सजे पासे मेरा भाई बैठा है, इंज कर कहता है जी क्या बात है, मैं तो सर क्या बात आके मैनू टेक लइए, पूरा मजमा जिंदाबाद। मेरा अल्लाह इन्ना सारे मोमनी नुना नजफ दे वाली दा रोजा विखाओ, मेरा मौला इन्ना एडी सोहनी दात दीती है, तुहाडे शान सुन के इन्हां दे हां ठर गए ते मन करां दे जल गए। जे तुस अच्छा वाला पढ़ा जे याद हो दोबारा पढ़ा, हाथ खड़ा करो भाई, तो सारा मजमा कहते मैं दोबारा पढ़ देना सुना भाई। दीवार से गुजर के जो काबे में आ गया, दीवार से गुजर के जो काबे में आ गया, दीवार से गुजर
جس طرح سے اس کو نکالو اذان سے. مک گئی مجلس. حسین لالا کر نہیں دبا جگ او کھوائیں, بڑا دکھا وائیں, روم تا مسلے تے بھی رو سکس. ماواں بھینا مرشدہ دی تواڈے ونڈے دوائیں. ایک دفعہ میرے والے پاسے رکھو میں بند پردا پیا تھیا زخمی جگا اور محمد دا تے بھی آ قتل خدیجہ تھئیے اے دروازے ہیٹ بتول جڈا بہو دیر تڑپ دی. شاباش جی بابا جی بابا جی بابا جی بابا جی بابا. حوصلہ بھائی ہت نہ بعد میری مجال تھیا زخمی 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 جگا اور محمد دا تے بیا قتل خدیجہ تھئیے دروازے بطول جڈا بہو دیر تڑپ دی آدی تاؤزی کوئی میرا بھیرا ہویا. کھار کھار اللہ مان اللہ مان اللہ مان اللہ مان. میں مرزا صاحب ڈردا کھلوتا ہی ایڈا کو دکھا وینے نا. اے مومن مسلے تروسن, اے مومن بستر تروسن, اے مومن گلیاں چروسن. چلو یار ٹھیک ہے میں حسین دادا کراں. میں ترے منگدا دعاواں, ایک دفعہ بولو کتریاں, کچھ نہیں ہوتا. بولو نا بھائی. بھائی ندیم تسی بھی بولو ترے دعاواں. پہلی پہلی دعا اللہ شالا کہن دیاں دھیاں نہ رومن. آمین آکیا. اے دھی تا شالا دشمن دی بھی نہ رو. دھیاں تا نمانی راکھی ہونی پر دھیاں دے نصیباں چ ہوندے رونے. میں اس واسطے دعا منگی کیونکہ رو پائے ہو. چلو اگلی میں دعا منگی منیا. میرا اللہ شالا کہن دیاں دھیاں اجڑ کے پیکاں دے بوہے تے نام ہے تا کرو یار متا زندگی دی آخری مجلس ہووی جے اجڑ کے پیکاں دے بوہے تے آئی جاون. اللہ شالا پیکے وسدے ہوون او دیاں مرن تو پہلے مر وینیاں نی جنہاں دے پیکے مکھ وین. میں صدقے تھی ونجا. ہاں بھائی مرزا جی آخری دعا تے دکھا جیاں وین شروع. ایک دفعہ میرے دیکھو آخری دعا. اللہ آج ہے پانچ جماعت ثانی ہائے آج دوجی دیوارے آلیہ بی بی دے وال کھل گئے. حسن حسین یتیم ان مدینہ دیا گلیاں چ روندے ودن رو رو کے ودن آدن اما سانو کلا چھوڑ گئی. میرا اللہ آج پانچ جماعت ثانی دا دن ہے. 414 چک ہے غجور مجمع میرے سامنے ہے. میرا اللہ آج زاکر ناہید عباس جگ دی دعا قبول فرماوی. میرا اللہ دعا ایا منگدا شالا چھوٹے بالاں دیا ماواں نہ مرن. واہ بھائی واہ واہ بھائی چھوٹے باواں. میں لکھ دفعہ دراسا تسا کدی یتیماں نو روندا ویکھے؟ یتیم رونے 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 صدقے تھی ونجا تھک کے چپ کر وینن یتیماں نو نہ ماں ہوندی اے نہ کوئی رہندی اے. میں صدقے تھی ونجا قربان تھی ونجا شیو مینو قسم مولا دی جیری وجہ تو میں دعا منگے چھوٹے بالوں دیا ماواں نہ مرن اے تینو کسے نہیں دسیا جدا بی بی بطول دی پاک اماں ٹری آئی اول بی بی بطول دی کتنی عمر آئی بول یار؟ 5 سال ہائے 10 ماہ رمضان آئی بی بی بطول دی پاک اماں دا آخری ٹائم ہائے جگ مر ونیا 70 مہینے اپنا لالا میرے ڈیک سے
ਬੱਚੜਾ ਜੀਵੀ ਕੁਰਬਾਨ ਦੇ। ਇਹ ਇੱਥੇ ਸੁੱਤੀ ਹੋਈ ਆਈ ਬੀਬੀ ਖਦੀਜਾ, ਅੱਲਾਹ ਦਾ ਨਬੀ ਆਇਆ ਕੋਲ, ਖਦੀਜਾ ਤੇਰਾ ਦੀਨੇ ਇਸਲਾਮ ਤੇ ਬਹੁਤ ਬੜਾ ਖਰਚ ਹੋਇਆ, ਤੇਰਾ ਇਹ ਅੱਛੇ ਕਿਹੜੀ ਟਾਈਮ, ਤੇ ਮੈਂ ਹਾਂ ਨਬੀਆਂ ਦਾ ਸੁਲਤਾਨ ਨਬੀ, ਤੇ ਮੈਂ ਮੁਹੰਮਦ ਆਦਾ, ਅੱਜ ਤੂੰ ਕੁਝ ਮੇਰੇ ਕਿਨ ਮੰਗ, ਮੈਂ ਤੇ ਕੋ ਦੇਵਾਂ। ਤੁਸਾਂ ਕਰ ਗਏ ਉਹ ਚੁੱਪ, ਜਿਹੜਾ ਨਬੀ ਆਖੇ ਮੰਗਣਾ, ਬੀਬੀ ਰੋ ਕੇ ਆਦੇ ਜੇ ਮੈਂ ਮੰਗਾਂ ਤਾਂ ਵਾ ਤੈਨੂੰ ਖਾਲੀ ਨਾ ਵਲੇ ਸੋ ਕਰ ਬਲਾ ਇੱਕ ਮਜਲਿਸ ਨਹੀਂ। ਪਰ ਮੈਂ ਜੋ ਆਖ ਰਿਹਾ ਮੰਗ, ਅੱਜ ਇੱਕ ਮਿਹਰਬਾਨੀ ਕਰੋ 414 ਲਿਓ, ਜਿਵੇਂ ਜਨਾਦੇ 24 ਜਨ ਤੇ ਬੁੱਢੀਆਂ ਮਾਵਾਂ ਜਵਾਨਾਂ ਕੋ ਰੋਵਨ, ਇੰਜ ਰੋਵੋ ਤਾਂ ਮੈਂ 70 ਪੜਾਂ। ਜਿਹੜਾ ਨਬੀ ਆਖੇ ਮੰਗ, ਬੀਬੀਆਂ ਦੇ ਮੰਗਦੀਆਂ 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 ਬਚਦੀ ਨਾ, ਛੋੜੀ ਵੇਨੀਆਂ ਜਹਾਨ, ਤੇ ਮੈਂ ਹੋਰ ਤਾਂ ਕੁਝ ਨਾ ਮੰਗਦੀ, ਤੇਰੀ ਨਬੂਅਤ ਦੀ ਕਸਮ ਮੈਂ ਇਹੋ ਕੁਝ ਮੰਗਦੀ ਆ। ਕੀਤੀ ਵਸੀਅਤ ਰੋਕੇ ਖਦੀਜਾ ਜ਼ਹਰਾ ਦਾ ਬਾਬਾ ਮੇਰੀ ਧੀ ਨਾ ਰੋਵੇ, ਕੀਤੀ ਵਸੀਅਤ ਰੋਕੇ ਖਦੀਜਾ ਜ਼ਹਰਾ ਦਾ ਬਾਬਾ ਮੇਰੀ ਧੀ ਨਾ ਰੋਵੇ। ਹਾਏ ਵਸੀਅਤ ਰੋਕੇ ਖਦੀਜਾ ਰਮਨ ਰਮ ਅੱਲਾ ਮਾਨ ਅੱਲਾ ਮਾਨ ਅੱਲਾ ਮਾਨ ਭਾਈ ਅੱਲਾ ਮਾਨ ਭਾਈ ਅੱਲਾ ਮਾਨ ਭਾਈ ਬਾਬਾ ਬਿਸਮਿਲ੍ਲਾ ਕਰਾ ਫਰਮਾਇ ਮੰਗਦੀਆਂ ਕੀਤੀ ਵਸੀਅਤ ਰੋਕੇ ਖਦੀਜਾ ਓ ਜ਼ਹਰਾ ਬਾਬਾ ਮੇਰੀ ਧੀ ਨਾ ਰੋਵੇ, ਕੀਤੀ ਵਸੀਅਤ ਰੋਕੇ ਖਦੀਜਾ ਭਾਈ ਮੇਰੋ ਮੇਰੋ ਬਾਬਾ ਲਾਲਾ ਭਾਈ ਜਾਨ ਓ ਲਾਲਾ ਮੇਰੋ ਹਾਏ ਰੋਕੇ ਖਦੀਜਾ ਜ਼ਹਰਾ ਬਾਬਾ ਮੇਰੀ ਧੀ ਨਾ ਰੋਵੇ। ਅਲਮਾਨ ਭਾਈ ਅਲਮਾਨ ਹੌਸਲਾ ਲਾਲਾ ਹੌਸਲਾ ਭਾਈ ਨਾਨ ਅੱਲਾ ਦਨਾਈ ਬੀਬੀ ਦਾ ਵਾਸਤੇ ਮੈਂ ਕੁਰੋਕ ਨਹੀਂ, ਤੂੰ ਸਈਆ ਦੇ ਅੱਲਾ ਦਨਾਈ ਨਾਰਾਜ਼ ਨਾ ਹੋਏ, ਮੈਂ ਕੁਰੋਕ ਨਹੀਂ, ਮੈਂ ਉਹ ਵਾਇਨ ਪੜਨਾ ਚਾਹਨਾ ਜਵੇਂ ਤੇ ਮਜਲ ਸਮੁਕਣੀ ਏ, ਕਿਆਮਤ ਦਾ ਵੇਲਾ ਬੀਬੀ ਦੀ ਆਵਾਜ਼ ਆਂਦੀ ਮੈਂ ਬਚਦੀ ਕੋਈ ਨਾ, ਮੈਂ ਤੁਰੀ ਵਹਿਨੀ ਆ ਇੱਕ ਅਰਮਾਨ ਮੈਂ ਕੋ ਕਫਾ ਨਹੀਂ ਚੁਰੂਏ ਸੀ, ਪਰ ਮੈਂ ਕਿਹੜਾ ਅਰਮਾਨ ਆਈ ਰੋ ਕੇ ਦੇ ਬਤੂਲ ਦਾ ਅਰਮਾਨ ਹੈ ਕਿਹੜਾ, ਹੱਕਲ ਮਾਰ ਕੇ ਆਦੇ ਕਿਆ ਦੱਸਾਵਾਂ, ਕੋਈ ਪੁੱਤਰ ਹੋ ਨਾ ਫਿਕਰ ਹੋ ਮੇਰੀ ਕਦੀ ਮੈਂ ਤੁਹਾਰੇ, ਕੋਈ ਪੁੱਤਰ ਨਾ ਤਮ ਮਤ ਖਰ ਬਈ ਹੌਸਲਾ 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 ਅੱਲਾ ਮਾਨ ਲਾਲਾ ਅੱਲਾ ਮਾਨ ਅੱਲਾ ਮਾਨ ਮੈਂ ਬਿਸਮਿਲ੍ਲਾ ਕਰਾਂ ਫਰਮਾਇ ਅਰਮਾਨ ਹੀ ਹੋਏ ਕੋਈ ਪੁੱਤਰ ਲਾਲਾ ਮਿਰਜ਼ਾ ਸਾਹਿਬ ਇਹਨਾਂ ਨੂੰ ਪੁੱਛ ਦੇ ਇਹ ਬੀਬੀ ਬਤੂਲ ਕੋ ਰੋਂਦੇ ਸਾਰੇ ਸ਼ੀਆ ਬੈਠੇ, ਬੀਬੀ ਕੋ ਰੋਵੇ ਤਾਂ ਮੈਂ ਇੱਕ ਹੋਰ 70 ਪੜਦਾ, ਰੁਨੀਏ ਬੀਬੀ ਖਦੀਜਾ ਰੋ ਗਿਆ ਦੇ ਅੱਲਾ ਦਾ ਨਬੀ ਇੱਕ ਹੋਰ ਅਰਮਾਨ ਹੈ ਬਤੂਲ ਦਾ, ਫਰਮਾਇਆ ਕਿਹੜਾ ਹੱਕਲ ਮਾਰ ਗਿਆ ਦੇ ਕਿਆ ਦੱਸਾਂ, ਬਹੁ ਦੇਰ ਤਸਬੀ ਵੀ ਪੜ ਨਹੀਂ ਸਕਦੀ ਤਕੋ ਇਲਮ ਹੋ ਜੀ ਖੜ ਨਹੀਂ ਸਕਦੀ ਤੁਸਾਂ ਨਿਆਜ਼ ਹੁਸੈਨ ਅਲੈਹਿਸ ਸਲਾਮ ਸਾਰਾ ਮਜਮਾ ਇੱਕ ਦਫਾ ਬੋਲ ਕੇ ਦੱਸੋ, ਬੀਬੀ ਖਦੀਜਾ ਕੇ ਆਖਾ ਨਬੀ ਨੂੰ ਮੇਰੀ ਧੀ, ਤੁਸੀਂ ਕਿਉਂ ਨੀ ਬੋਲਦੇ ਯਾਰ, ਬੋਲੋ ਨਾ ਮੇਰੀ ਧੀ, ਤੁਸੀਂ ਜੋ ਨਹੀਂ ਬੋਲਦੇ ਕੋਈ ਨੀ ਰੁਨੀ, ਕਿਆ ਫਰਮਾਇਸ਼ ਮੇਰੀ ਧੀ, ਜਿੱਦਾਂ ਬੀਬੀ ਆਖੇ ਮੇਰੀ ਧੀ ਨਾ ਰੋਵੇ, ਅੱਲਾ ਦਾ ਨਬੀ ਰੁਨ ਬੀਬੀ ਦੀ ਆਵਾਜ਼ ਅੱਲਾ ਦਾ ਨਬੀ ਮਾਇਆ ਦੀਆਂ ਮੇਰੀ ਧੀ ਨਾ ਰੋਵੇ, ਤੁਸਾਂ ਕਿਉਂ ਰੋਂਦੇ ਹੋ, ਫਰਮਾਇਆ ਖਦੀਜਾ ਤੂੰ ਆਦੀ ਮੇਰੀ ਧੀ ਨਾ ਰੋਵੇ, ਮੈਂ ਵਾਅਦਾ ਕਰੇ ਨਬੀ ਮੇਰੀ ਜ਼ਿੰਦਗੀ ਚ ਨਾ ਰੋਸੀ, ਉਹ ਅੱਲਾ ਦਾ ਨਬੀ ਆ ਗਿਆ ਤੁਹਾਡੇ ਟੁਰ ਵੰਜਾਂ ਦੇ ਬਾਅਦ ਚੋਖਾ ਰੋਣਾ, ਫਰਮਾਇਆ ਮੈਂ ਨਬੀ ਆ ਮੈਂ ਆਉਣ ਵਾਲੇ ਹਾਲਾਤ
ਤੂੰ ਵਾਕਿਫ ਆ, ਫਰਮਾਇਆ ਮੈਨੂੰ ਬਤੂਲ ਦੇ ਆਵਣ ਵਾਲੇ ਦਿਨ ਵਿਖਾ, ਜਿਹੜਾ ਰੁਨਾ ਕਢਾ ਨੀ ਹਜ਼ੂਰ ਪਾਕ ਉਂਗਲੀਆਂ ਦਰਾਜ ਕੀ ਦੇਣ ਤੇ ਬੀਬੀ ਖਦੀਜਾ ਡਿਠੇ ਰੁਨੀਆਂ ਤੇ ਰੋ ਗਿਆ ਤੇ ਅੱਲਾ ਦਾ ਨਬੀ ਆ ਆਪਣੀ ਨਬੂਆ ਦਵਾਜ਼ ਏ ਇੱਕ ਦਫਾ ਮੈਨੂੰ ਦੱਸਾ ਤਾ ਸਹੀ ਏ ਕੈਦ ਮਿੰਬਾਰ ਦਾ ਮਨਜ਼ਰ ਅਤੇ ਕੈਦ ਦਰਬਾਰ ਦੱਸੋ ਕੌਣ ਪਰ ਦਾਦਾਰ ਹਾਏ ਕੈ ਹਰ ਭਾਈ ਅੱਲਾ ਮਾਨ ਅੱਲਾ ਮਾਨ ਭਾਈ ਅੱਲਾ ਮਾਨ ਭਾਈ ਅੱਲਾ ਮਾਨ ਭਾਈ ਅੱਲਾ ਮਾਨ ਭਾਈ ਬਿਸਮਿਲ੍ਲਾ ਕਰਾ ਫਰਮਾਇਆ ਮੈਨੂੰ ਦੱਸਾ ਤਾ ਸਹੀ ਏ ਕੈ ਮਿੰਬਾਰ ਦਾ ਮਨਜ਼ਰ ਅਤੇ ਕਹਿੰਦਾ ਏ ਦਰਬਾਰ ਦੱਸੋ ਕੌਣ ਪਰ ਦਾਦਾਰ ਹੈ ਜੇ ਕੋ ਲੋਕ ਪਏ ਜੁਠਲੇ ਉਹ ਜਿਹੜੀ ਰਾਂਦੀ ਹਜ਼ਾਰ ਇੱਕ ਦਫਾ ਕੋ ਚਾਹੇ ਬਤੂਲ ਸ਼ੀਆ ਬੈਠੇ ਹੋ ਨਾ ਸਾਰੇ ਆਖੋ ਚਾਹੇ ਬਤੂਲ ਆਖਰੀ ਦਫਾ ਕੋ ਤੇ ਮੈਂ ਆਖਰੀ ਵੈਣ ਪਣਾ ਆਖੋ ਚਾਹੇ ਬਤੂਲ ਰੁਨੀਆ ਬੀਬੀ ਖਦੀਜਾ ਰੋ ਗਿਆ ਦੇ ਅੱਲਾ ਦਾ ਨਬੀ ਆ ਆਪਣੀ ਨਬੂਆ ਦਵਾ ਜੇ ਮੈਨੂੰ ਦੱਸਾ ਤਾ ਸਹੀ ਕਹਿ ਕੋ ਆਹਦ ਨਾ ਭੁੱਲ ਗਏ ਮਸਲੇ ਤੋਂ ਕੱਕੂ ਵਾਲੇ ਵੱਲ ਪੈ ਝਿੜਕੇ ਦੇ ਕੱਕੂ ਆਹਦ ਨਾ ਭੁੱਲ ਗਏ ਮਸਲੇ ਤੋਂ ਕੱਕੂ ਵਾਲੇ ਵੱਲ ਪੈ ਝਿੜਕੇ ਦੇ ਉਹ ਕਹਿੰਦੇ ਬੱਚੜਾ ਨਾ ਚਾ ਚਾ ਓਏ ਦਿਖ ਲੈ ਤਲਵਾ ਅੱਲਾ ਮਾਨ ਭਾਈ ਅੱਲਾ ਮਾਨ ਭਾਈ ਅੱਲਾ ਮਾਨ ਭਾਈ ਅੱਲਾ ਮਾਨ ਭਾਈ ਮਜਲਿਸ ਨਹੀਂ ਕਰਬਲਾ ਏ ਮਜਮੇ ਵੱਡੇ ਲਾਲਾ ਮੁਕਾਣੀ ਵੱਡੀਏ ਆਖਰੀ ਵੈਣ ਲਾਲਾ ਆਪਣੇ ਮਜਮੇ ਕੋ ਆਖ ਅੱਜ ਮੇਰੇ ਨਾਲ ਵਾਅਦਾ ਕਰੋ ਮੈਂ ਆਖਰੀ ਵੈਣ ਪੜਨਾ ਰੋਣ ਨੂੰ ਮਲਿਆ ਦਾ ਜਨਾ ਬੀਬੀ ਦਾ ਰੁਮਾਲ ਲੇਕਿਨ ਹੈ ਬੰਦੇ ਦੇ ਵਾਸੀ ਚ ਅੱਜ ਮਿਹਰਬਾਨੀ ਕਰੋ ਆਪਣੀ ਹੈ ਯਾ ਜ਼ਰੀ ਤੱਕ ਪਹੁੰਚਾਓ ਯਾ ਬੀਬੀ ਤੱਕ ਪਹੁੰਚਾਓ ਕਦੀ ਮਿਹਨਤ ਨਾ ਕਰੇ ਸਾਜ ਮਿਹਨਤ ਮੰਨੋ ਚਾ ਹੈ ਕਰੇ ਚਾ ਆਖਰੀ ਵੈਣ ਕਿਆਮਤ ਦਾ ਵੇਲਾ ਨਬੀ ਰੋਂਦਾ ਰੋਂਦਾ ਬਹਿ ਗਈ ਹੈ ਫਰਮਾਇਆ ਕਿਉਂ ਰੋਣਾ ਹੈ ਹੱਕਲ ਮਾਰ ਕੇ ਆ ਦੇਣਾ ਆਪਣੀ ਬਤੂਲ ਦਾ ਦਰਬਾਰ ਇੱਠੇ ਤੇ ਰੋ ਪਈ ਕੋਈ ਹੋਰ ਹੀ ਦਰਬਾਰ ਹੈ ਨਾ ਅੱਲਾ ਦਾ ਨਬੀ ਆ ਦਾ ਦਰਬਾਰ ਨਹੀਂ ਬਾਜ਼ਾਰ ਵੀ ਹੈ ਅੱਲਾ ਮਾਨ ਅੱਲਾ ਮਾਨ ਫਰਮਾਇਆ ਮੈਨੂੰ ਵਿਖਾ ਆਖਰੀ ਵੈਣ ਹਜ਼ੂਰ ਪਾਕ ਵਿਖਾਇਆ ਬੀਬੀ ਦੀ ਆਵਾਜ਼ ਆਉਂਦੀ ਉਹ ਤਾਂ ਮੇਰੀ ਬਤੂਲ ਦਾ ਦਰਬਾਰ ਹੈ ਅੱਲਾ ਦਾ ਨਬੀ ਹੈ ਬੀਬੀਆਂ ਕੌਣ ਨੇ ਫਰਮਾਇਆ ਨਹੀਂ ਵੀ ਸੁਣਾਤਾ ਆ ਮੈਂ ਤੈਨੂੰ ਦੱਸਾਵਾਂ ਤੇਰੀ ਬੀਬੀਆਂ ਜ਼ਖਮੀ ਦੀਆਂ ਹੈ ਪਈਆਂ ਬੇਬੇ ਸਫਾਰ ਕਰੇਂਦੀਆਂ ਹੈ ਤੜੀ ਦੀਆਂ ਜ਼ਖਮੀ